ਧੰਨ ਗੁਰੂ ਨਾਨਕ, 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 ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਅੱਜ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਬਾਬਾ ਮਹਾਰਨਾਮ ਸਿੰਘ ਜੀ ਨੇ ਪੁੱਛੋ ਦਾ ਮੁੱਢ ਬਣਿਆ ਹੈ। ਬਾਬਾ ਆਨੰਦ ਸਿੰਘ ਜੀ ਨੇ ਨਾਨਕ ਸਾਹਿਬ ਦਾ ਬਹੁਤ ਸੰਸਾਰ ਬਾਬਾ ਜੀ ਪੁੱਛੋ ਵਾਲਿਆਂ ਤੋਂ ਦਾਤਾਂ ਮੰਗਦੇ ਆ, ਅਰਦਾਸਾਂ ਕਰਦੇ ਨੇ, ਸਾਰਾ ਸਾਲ ਮੰਗਦੇ ਆ। ਬਾਬਾ ਆਨੰਦ ਸਿੰਘ ਜੀ ਤੋਂ ਨਾਨਕ ਸਰੋਂ ਮੰਗਦੇ ਆ, ਅਰਦਾਸਾਂ ਕਰਦੇ, ਜਿਨ੍ਹਾਂ ਦਾ ਸਥਾਨ ਹੋਵੇ ਉਹੀ ਮਹਾਂਪੁਰਸ਼ ਬੈਠੇ ਹੁੰਦੇ ਆ, ਉਹਨਾਂ ਦੀ ਹੀ ਪੂਜਾ ਹੁੰਦੀ। ਬਈ ਪੂਰਾ ਸਾਲ ਅਸੀਂ ਮਹਾਂਪੁਰਸ਼ਾਂ ਦੀਆਂ ਦਿੱਤੀਆਂ ਖਾਂਦੇ ਹਾਂ, ਉਹਨਾਂ ਤੋਂ ਦਾਤਾ ਲੈਂਦੇ ਹਾਂ, ਉਹਨਾਂ ਨੂੰ ਜੀਵਨ ਦਾ ਆਧਾਰ ਸਮਝਿਆ ਅਤੇ ਸਿਰਫ 20 ਰਾਤਾਂ ਅਸੀਂ ਰੱਖੀਆਂ ਨੇ ਬਾਬੇ ਮਹਾਰਨਾਮ ਸਿੰਘ ਦੀਆਂ ਕਿ ਸਾਲ 'ਚ ਤੂੰ 20 ਰਾਤਾਂ ਚੇਤੇ ਕਰ ਲਾ ਉਹਨਾਂ ਨੂੰ ਜਿਹੜੇ ਤੈਨੂੰ ਹਰ ਸਮੇਂ ਹੀ ਸੰਭਾਲਦੇ ਆ, ਹਰ ਸਮੇਂ ਤੇਰੀ ਸੰਭਾਲ ਕਰਦੇ ਆ, ਜਿਨ੍ਹਾਂ ਦਾ ਸਥਾਨ ਹੀ ਜਿਹੜੇ ਤਾਰਨ ਆਏ ਆ। ਅਤੇ ਬਾਬਾ ਕੁੰਦਨ ਸਿੰਘ ਜੀ ਦੀਆਂ 2 ਕੁ ਰਾਤਾਂ ਰੱਖੀਆਂ ਨਾਨਕ ਸਰ, ਕਹਿਣ ਨੂੰ ਅਸੀਂ ਅੱਖਾਂ ਭਰ ਕੇ ਵੀ ਕਵਾਂਗੇ, ਇੱਕ ਥਾਪੜ ਕੇ ਵੀ ਕਵਾਂਗੇ, ਸਾਨੂੰ ਮਹਾਂਪੁਰਸ਼ਾਂ ਨੇ ਬੜੀਆਂ ਦਾਤਾਂ ਦਿੱਤੀਆਂ। ਮੇਰੀ ਆਹ ਅਰਦਾਸ ਸੁਣੀ, ਮੁੰਡੇ ਦਾ ਕੰਮ ਕੀਤਾ, ਕੁੜੀ ਦਾ ਕੀਤਾ, ਸਾਡੇ ਭੈਣ ਭਾਈ ਧੀ ਜਵਾਈਆਂ ਦੇ ਕਾਰਜ ਰਾਸ ਕੀਤੇ,
ਬਾਬਾ ਖੇਮ ਸਿੰਘ ਜੀ ਦਾ ਵੀ ਕਹਾਂਗੇ ਕਿ ਉਹਨਾਂ ਨੇ ਪੁੱਤਰ ਦਿੱਤੇ, ਪੋਤਰੇ ਦਿੱਤੇ, ਗੁਰਮੁਖ ਰੂਹਾਂ ਕੀਤੀਆਂ, ਵਿਗੜੇ ਸਵਾਰੇ, ਪਰ ਸਵਾਦ ਆਉਂਦਾ ਹੈ ਕਿ ਜੇ ਤਿੰਨ ਰਾਤਾਂ ਨੇ ਬਾਬੇ ਖੇਮ ਸਿੰਘ ਦੀਆਂ, ਤੂੰ ਤਿੰਨ ਰਾਤਾਂ ਨੂੰ ਪੂਰਾ ਜੁੜ ਕੇ ਬੈਠੇਗਾ ਨਾ, ਤੈਨੂੰ ਸਾਰੀਆਂ ਯਾਦਾਂ ਆ ਜਾਣਗੀਆਂ। ਇੱਕ ਉਹਨਾਂ ਦਾ ਕਰਜ਼ਾ ਲਾਉਣਾ ਸੀ, ਭੇਟਾ ਉਹ ਨਾਮ ਦੀ ਮੰਗਦੇ ਆ ਅਤੇ ਪਾਠ ਕਰਕੇ ਲਿਆ ਕੇ ਦੇਣੇ ਆ, ਬਾਬਾ ਜੀ ਆ ਭੇਟਾ ਸਾਰਾ ਸਾਲ, ਜਿਨ੍ਹਾਂ 'ਤੇ ਬਾਬਾ ਖੇਮ ਸਿੰਘ ਦੀਆਂ ਰਹਿਮਤਾਂ ਨੇ, ਜਿਨ੍ਹਾਂ 'ਤੇ ਬਾਬਾ ਕੁੰਦਨ ਸਿੰਘ ਜੀ ਦੀਆਂ ਏ, ਉਹ ਵੀ ਸਾਰੀ ਭੇਟਾ ਨਾਨਕ ਸਰ ਦੇਣ ਅਤੇ ਦੋ ਰਾਤਾਂ ਸਫਲੀਆਂ ਕਰਨ। ਕੋਈ ਨਾ ਕੋਈ ਤਾਂ ਭਾਰ ਲਾਈਏ, ਟੁੱਟਿਆ ਮਨ ਗੰਢਿਆ ਜਾਏਗਾ। ਵਿਛੜਿਆ ਮਨ ਮਿਲ ਜਾਏਗਾ। ਬਾਬਾ ਖੇਮ ਸਿੰਘ ਜੀ ਮਹਾਂਪੁਰਖਾਂ ਦੀ ਵੀ ਸੰਗਤ ਕੀਤੀ ਹੈ। ਬਾਬਾ ਜੀ, ਬਾਬਾ ਕੁੰਦਨ ਸਿੰਘ ਜੀ ਮਹਾਰਾਜ ਮੇਰੇ ਮੁਰਸ਼ਦ ਸੀ, ਮੇਰੇ ਉਹ ਰੱਬ ਸਨ। ਬਾਬਾ ਖੇਮ ਸਿੰਘ ਜੀ ਸਾਡੇ ਪੂਰਨ ਮਹਾਂਪੁਰਖ, ਪੂਰੇ ਸਾਧੂ, ਅਤੇ ਸਾਧੂ ਵੀ ਰੱਬ ਦਾ ਰੂਪ ਹੈ। ਅਸੀਂ ਦੋ ਦਿਨ ਤਾਂ ਉਹਨਾਂ ਨੂੰ ਬਹਿ ਕੇ ਯਾਦ ਕਰੀਏ ਨਾ, ਦੋ ਰਾਤਾਂ। ਜਿੰਨੇ ਕੁ ਤੁਸੀਂ ਹੈਗੇ ਜੀ ਨਾ, ਇੰਨੇ ਕੁ ਤਾਂ ਬਾਬਾ ਖੇਮ ਸਿੰਘ ਜੀ ਤੋਂ ਰੋਜ਼ ਹੀ ਦਾਤਾਂ ਲੈ ਜਾਂਦੇ ਸੀ, ਬੁੱਧਵਾਰ ਜਾਂ ਐਤਵਾਰ ਜਾਂ ਹਫ਼ਤੇ 'ਚ। ਬਾਕੀ ਕਿੱਧਰ ਚਲੇ ਗਏ? ਉਹਨਾਂ ਦਾ ਸਥਾਨ, ਉਹਨਾਂ ਦੀ ਬਰਸੀ, ਕਿਤੇ ਅਸੀਂ ਕਿਰਤ ਘਣ ਤਾਂ ਨਹੀਂ ਬਣ ਗਏ? ਕਿਉਂ ਨਾ ਤਨ ਮਨ ਵਾਰਦੇ ਹਾਂ। ਪੜ੍ਹੋ ਸਾਰੇ। ਜੀ ਮੈਂ ਕਿਉਂ ਨਾ ਤਨ ਮਨ ਵਾਰਦਿਆਂ, ਕਿਉਂ ਨਾ ਤਨ ਮਨ ਵਾਰਦਿਆਂ, ਮੈਂ ਕਿਉਂ ਨਾ ਤਨ ਮਨ ਵਾਰਦਿਆਂ, ਮੈਂ ਕਿਉਂ ਨਾ ਤਨ ਮਨ ਵਾਰਦਿਆਂ। ਜੀ ਐਸੇ ਸਤਿਗੁਰੀ ਉੱਤੋਂ, ਐਸੇ ਸਾਧੂਆਂ ਮਨ ਵਾਰ ਦਿਆਂ, ਮੈਂ ਕਿਉਂ ਨਾ ਤਨ ਮਨ ਵਾਰ ਦਿਆਂ।
ਕਮਾਈ ਤੇ ਸਮੇਤਰ ਵਿਚੋਲੇ ਜੈ ਮਿਲਕੰਤ ਪਛਾਣ ਸਾਜਣ ਦੇਖਾਂ ਗੱਲ ਮਿਲਾਂ ਮੇਰਾ ਸੱਜਣ ਮਿਲ ਜਾਵੇ ਮੈਂ ਭੱਜ ਕੇ ਗਲੇ ਲੱਗ ਜਾਵਾਂ ਤੇਰੇ ਚਰਨਾਂ ਦੀ ਮੈਂ ਧੂੜ ਬਣ ਜਾ ਸੱਜਣਾ ਕਿੱਥੇ ਨੇ ਉਹ ਜਿਹੜੇ ਬਾਬੇ ਖੇਮ ਸਿੰਘ ਦੇ ਨਾਂ 'ਤੇ ਸਿਆਸਤਾਂ ਕਰ ਸਕਦੇ ਆ ਪਾਰਟੀਆਂ ਬਣਾ ਸਕਦੇ ਆ ਬਾਬੇ ਖੇਮ ਸਿੰਘ ਦੇ ਨਾਂ 'ਤੇ ਧੜੇ ਬਣਾ ਸਕਦੇ ਕਿ ਬਾਬਾ ਖੇਮ ਸਿੰਘ ਹੀ ਸੀ ਕਿੱਧਰ ਨੇ ਹੁਣ ਉਹਨਾਂ ਨੂੰ ਬਾਬੇ ਖੇਮ ਸਿੰਘ ਦੀ ਰਹਿਣ ਸਬਾਈ ਚੇਤੇ ਨਹੀਂ ਉਹਨਾਂ ਨੇ ਐਡਾ ਵੱਡਾ ਹਾਲ ਬਣਾਇਆ ਆਪ ਬਾਬਾ ਹੀ ਨੇ ਅੱਜ ਚਾਲੂ ਕਰਦੇ ਅੱਜ ਇੰਨੇ ਬੈਠੇ ਆ ਇਹਨਾਂ 'ਚੋਂ ਜਿੰਨਾ ਬਾਬਾ ਖੇਮ ਸਿੰਘ ਦੇ ਦਰਸ਼ਨ ਕੀਤੇ ਆ ਨਾ ਉਹ ਅੱਧੇ ਵੀ ਨਹੀਂ ਹੈਗੇ ਅੱਧਿਆਂ ਤੋਂ ਵੀ ਘੱਟ ਹੈ ਜਿੰਨਾ ਉਹਨਾਂ ਤੋਂ ਦਾਤਾ ਲਈ ਹੈ ਬਾਕੀ ਉਹਨਾਂ ਦਾ ਨਾਂ ਸੁਣ ਕੇ ਆਇਆ ਉਹਨਾਂ ਦੀ ਵਡਿਆਈ ਸੁਣ ਕੇ ਆਇਆ ਇੰਨਾ ਟੱਪਣਗੇ ਇੰਨੇ ਰੋਲੇ ਪਾਉਣਗੇ ਇੰਨਾ ਕਹਿਣਗੇ ਆ ਬਾਬਾ ਖੇਮ ਸਿੰਘ ਦੀ ਮਰਿਆਦਾ ਹੈ ਇਹ ਬਾਬਾ ਜੀ ਦੀ ਮਰਿਆਦਾ ਹੈ ਆਹ ਮਰਿਆਦਾ ਕਿੱਥੇ ਜਿਹੜਾ ਉਹ ਨਾਮ ਜਪਾਉਂਦੇ ਸੀ ਸੁਖਮਣੀ ਕਰਾਉਂਦੇ ਸੀ ਕੀਰਤਨ 'ਚ ਬਿਠਾਉਂਦੇ ਸੀ ਰਹਿਣ ਸਮਾਈਆਂ 'ਚ ਗੰਧ ਚੱਕੀ ਫਿਰਦੇ ਆ ਅਤੇ ਸਾਧੂ ਥੋੜ੍ਹਾ ਪ੍ਰਸੰਨ ਹੁੰਦੇ ਆ ਉਹ ਤਾਂ ਕੀਰਤਨ ਵਾਲਿਆਂ 'ਤੇ ਨਾਮ ਜਪਣ ਵਾਲਿਆਂ 'ਤੇ ਸੇਵਾ ਕਰਨ ਵਾਲਿਆਂ 'ਤੇ ਦੁਨੀਆਂ ਦਾ ਹਾਲ ਹੀ ਮਾੜਾ ਹੋ ਗਿਆ ਬਾਬਾ ਕੁੰਦਨ ਸਿੰਘ ਜੀ ਨੇ ਅਸੀਂ ਵੇਖਦੇ ਰਹੇ ਹਾਂ ਉਹ ਤਾਂ ਚੋਰੀਆਂ ਭਰਦੇ ਸੀ ਲੱਖਾਂ ਲੋਕਾਂ ਦੀਆਂ ਭਰਦੇ ਸੀ ਲੱਖਾਂ ਦੀਆਂ ਅਰਦਾਸਾਂ ਸੁਣਦੇ ਸੀ ਲੱਖਾਂ ਦੀਆਂ ਭਾਵਨਾ ਪੂਰੀਆਂ ਕਰਦੇ ਸੀ ਉਹਨਾਂ ਦੀ ਬਰਸੀ 'ਤੇ ਦੇਖੋ ਜਾ ਕੇ ਹਾਲ ਕੀ ਹੁੰਦਾ
ਕਈ ਵਿਹੰਗਾਂ ਨੂੰ ਉਹਨਾਂ ਨੇ ਕਾਰਾਂ ਠਾਠਾਂ ਬੜੇ ਸੁੱਖ ਦਿੱਤੇ, ਘਰ ਵੀ ਬਣਾ ਕੇ ਦਿੱਤੇ ਬੜਿਆਂ ਨੂੰ। ਅਤੇ ਬਾਬਾ ਕੁੰਦਨ ਸਿੰਘ ਦੀ ਬਰਸੀ ਦੇ ਉਹ ਲੱਭਿਆ ਵੀ ਨਹੀਂ ਲੱਭਦੇ ਕਿ ਅਸੀਂ ਖੰਡ ਪਾਠਾਂ 'ਚ ਪਾਠੀ ਲਾ ਦਈਏ, ਅਸੀਂ ਸੇਵਾ ਵਿੱਚ ਆ ਜਾਈਏ। ਲੋਕਾਂ ਨੇ ਤਮਾਸ਼ਾ ਬਣਾਇਆ ਹੋਇਆ, ਢਿੱਡ ਭਰਨਾ ਹੀ ਜਾਣਦੇ ਆ, ਨਾਮ ਜਪਣਾ ਸਿਮਰਨ ਕਰਨਾ ਨਹੀਂ ਜਾਣਦੇ, ਤਮਾਸ਼ਗੀਰ ਨੇ ਲੋਕ। ਲਾਲਾ ਲਾਲਾ ਜਿੰਨੀ ਮਰਜ਼ੀ ਕਰਾ ਲਓ ਇਹਨਾਂ ਤੋਂ, ਅਤੇ ਇਹਨਾਂ ਨੂੰ ਕੋਈ ਸੋਝੀ ਨਹੀਂ ਕਿ ਬਾਬਾ ਖੇਮ ਸਿੰਘ ਜੀ ਦੀ ਬਰਸੀ ਪਿੱਛੇ ਬਹਿ ਜਾ ਕਰੋ, ਭਾਈ ਖੜ ਜਾਓ ਉੱਥੇ, ਜਿਹੜਾ ਕੋਈ ਆਉਂਦਾ ਨਾ ਬਾਅਦ 'ਚ ਪਿੱਛੇ ਬਿਠਾਈ ਜਾਓ, ਉੱਥੇ ਪਿੱਛੇ ਬੈਠੀ ਜਾਣਾ, ਅੱਗੇ ਨਾ ਆਉਣ ਜੀ। ਗੱਲਾਂ ਵਾਲੇ ਹੈ ਕਨੇਰੇ ਸੇਵਕ ਕੋਈ ਕੋਈ, ਗੱਲਾਂ ਵਾਲੇ ਹੈ ਕਨੇਰੇ ਸੇਵਕ ਕੋਈ ਕੋਈ, ਦੁਸਹਿਰਾ ਕਰੋ, ਮਾਂ ਦਾ ਦੁਸਹਿਰਾ ਕਰੋ। ਮੂੰਹ ਦਿਖਾਉਣਾ ਪੈਂਦਾ ਕਿ ਲੋਕ ਕੀ ਕਹਿਣਗੇ, ਬਰੀ ਨਾ ਕਰੋ, ਮੂੰਹ ਦਿਖਾਉਣਾ ਪੈਂਦਾ, ਸਸਕਾਰ ਕਰੋ। ਉਹ ਦੁਨਿਆਵੀ ਗੱਲਾਂ ਨੂੰ ਲੋਕ ਪਾਲਦੇ ਆ, ਦੁਨਿਆਵੀ ਲੱਜ ਨੂੰ ਪਾਲਦੇ ਆ, ਇਹਨਾਂ ਨੂੰ ਲੱਜ ਹੀ ਨਹੀਂ, ਪੁੱਛੋ ਵਿੱਚ ਰਹਿੰਦੇ ਆ ਸ਼ਰਮ ਨਹੀਂ ਕਿ ਅਸੀਂ ਰਹਿਣ ਸਫਾਈਆਂ 'ਚ ਬਹਿ ਜੀ। ਆ ਕੱਚੀ ਪੁੱਛੋ ਵਾਲੇ, ਸੇਮੇ ਵਾਲੇ, ਲਹਿਰੇ ਖਾਣੇ ਵਾਲੇ, ਇਹਨਾਂ ਨੂੰ ਕੋਈ ਸਮਝ ਨਹੀਂ ਕਿ ਬਾਬਾ ਖੇਮ ਸਿੰਘ ਜੀ ਸਾਨੂੰ ਕੀ ਦੇ ਕੇ ਗਏ। ਇੱਥੇ ਤਣ ਵੀ ਲਾਉਣਾ ਹੈ,
ਕਿ ਬਾਬਾ ਜੀ ਤੁਹਾਡੀ ਬਰਸੀ ਅਸੀਂ ਤਣ ਕਰਕੇ ਵੀ ਤਿੰਨ ਦਿਨ ਇੱਥੇ ਮਣ ਕਰਕੇ ਵੀ ਜਿੰਨਾ ਕੁ ਤਣ ਇਕੱਠਾ ਹੋਇਆ ਹੈ ਤਣ ਕਰਕੇ ਵੀ ਮਹਾਂਪੁਰਸ਼ ਨੇ ਮਹਾਂਪੁਰਸ਼ ਰਾਬੇ ਬਹੁਤ ਇਸ ਗੱਲ ਦੀ ਸ਼ਰਮ ਵਾਲੀ ਗੱਲ ਹੈ ਕਿ ਬਾਬਾ ਖੇਮ ਸਿੰਘ ਦੀ ਬਰਸੀ 'ਚ ਮੱਥਾ ਵੀ ਨਹੀਂ ਟੇਕ ਸਕੇ, ਸੁਖਮਣੀ ਦਾ ਪਾਠ ਵੀ ਸੰਗਤ ਨਾਲ ਨਹੀਂ ਕਰ ਸਕੇ, ਰਹਿਣ ਸਬਾਈ 'ਚ ਵੀ ਨਹੀਂ ਆਏ। ਇੱਕ ਗੱਲ ਦਾ ਖਿਆਲ ਰੱਖਿਓ, ਜਿਹੜਾ ਦੇ ਸਕਦਾ ਨਾ ਉਹ ਲੈ ਵੀ ਸਕਦਾ। ਜਿਹੜਾ ਰਹਿਮ ਤੱਕ ਕਰ ਸਕਦਾ ਉਹ ਵਾਪਸ ਵੀ ਲੈ ਸਕਦਾ। ਖਾਲੀ ਚੱਲੇ ਤਣੀ ਸਿਓ ਟਿੱਬੇ ਜੋ ਮੀਆਂ, ਇੱਥੇ ਬਹਿ ਜਾਓ ਆਣ ਕੇ ਰਾਤ, ਕੋਈ ਇੱਥੇ ਕੀ ਹੁੰਦਾ। ਮੈਂ ਕਿਹਾ ਸੀ ਰਜਾਈ ਲੈ ਕੇ ਬੈਠੇ ਰਹੋ, ਕੰਬਲ ਲੈ ਕੇ ਬੈਠੇ ਰਹੋ। ਉਹਨਾਂ 'ਤੇ ਬਾਬਾ ਖੇਮ ਸਿੰਘ ਦੀਆਂ ਦਾਤਾਂ ਬਰਕਰਾਰ ਨੇ, ਜਿਹੜੇ ਉਹਨਾਂ ਦੀਆਂ ਯਾਦ ਵਿੱਚ ਬਰਸੀ ਮਨਾਉਣਗੇ, ਰਹਿਣ ਸਬਾਈ ਕਰਨਗੇ, ਤਨ ਮਨ ਧਨ ਨਾਲ ਬੱਚਿਆਂ ਸਮੇਤ ਸੇਵਾ ਕਰਨਗੇ। ਬਾਕੀ ਬਰਕਰਾਰ ਨਹੀਂ, ਇਹ ਉਹਦੀ ਦਾਤ ਏ, ਭਾਵੇਂ ਦੇਵੇ ਭਾਵੇਂ ਲਵੇ। ਖਸਮ ਦੀ ਦਾਤ ਏ, ਰੱਬ ਕੁਝ ਵੀ ਨਹੀਂ ਕਰਦਾ। ਉਹਨੇ ਸਾਰੇ ਸੁੱਖ ਦਿੱਤੇ ਬੰਦੇ ਨੂੰ, ਜਿਹੜਾ ਨਾਮ ਨਹੀਂ ਜਪਦਾ ਉਹ ਵਿੱਚੋਂ ਰੱਬ ਸੁੱਖ ਖੋ ਲੈਂਦਾ। ਕੋਠੀ ਦਿੱਤੀ ਏ, ਕੋਠੀ ਦਾ ਸੁੱਖ ਖੋ ਲੈਂਦਾ ਏ, ਕੋਠੀ 'ਚ ਬੰਦਾ ਸੜੀ ਜਾਂਦਾ ਏ। ਦਾਤਾਂ ਸੁੱਖ ਨਹੀਂ ਦਿੰਦੀਆਂ ਬਿਨਾਂ ਉਹਦਾ ਕਰਜ਼ਾ ਅਦਾ ਕੀਤੇ ਤੇ। ਜਿੰਨੀਆਂ ਤੁਹਾਨੂੰ ਦਾਤਾਂ ਮਿਲੀਆਂ ਨਾ, ਜੇ ਪੁੱਤਰ ਮਿਲਿਆ ਏ ਪੁੱਤਰ ਸੁੱਖ ਨਹੀਂ ਦੇਵੇਗਾ, ਜਾਣ ਮਿਲੀ ਏ ਅਸੀਂ ਕਰਜ਼ਾ ਨਹੀਂ ਤਾਰਿਆ, ਜਾਣ ਸੁੱਖ ਰੱਬ ਸੁੱਖ ਖੋ ਲੈਂਦਾ, ਕੋਈ ਨਹੀਂ ਕਰਦਾ, ਬਸ ਉਹ ਸੁੱਖ ਬੰਦ ਕਰ ਦਿੰਦਾ, ਸ਼ਾਂਤੀ ਬੰਦ ਕਰ ਦਿੰਦਾ, ਬਿਮਾਰੀ ਚੱਕੀ ਫਿਰਾਂਗੇ। ਬਾਬਾ ਜੀ ਦੀ ਬਰਸੀ ਹੋਵੇ, ਬਾਬਾ ਖੇਮ ਸਿੰਘ ਦੀ। ਪਹਿਲੇ ਤਾਂ ਉਹਨਾਂ ਨੇ ਕਿਹਾ ਸੀ ਸਾਡੀ ਬਰਸੀਆਂ ਮਨਾਉਣੀਆਂ ਹੀ ਨਿਕਲੀ, ਬਾਬੇ ਮਹਾਰਨਾਮ ਸਿੰਘ ਦੀ ਮਨਾਇਓ। ਉਹਨਾਂ ਕਿਹਾ ਸੀ ਸਾਡੀ ਯਾਦਗਾਰ ਨਹੀਂ ਬਣਾਉਣੀ, ਉੱਥੇ ਹਾਲ ਵਾਦ ਆ ਜੀ। ਮਹਾਂਪੁਰਸ਼ ਕੋਈ ਵੀ ਕਹਿਣ, ਕਿਹਾ ਤਾਂ ਗੁਰੂ ਗੋਬਿੰਦ ਸਿੰਘ ਨੇ ਵੀ ਸੀ ਕਿ ਜਿਹੜਾ ਮੇਰਾ ਸਥਾਨ ਬਣਾਏਗਾ ਨਾ ਉਹਦਾ ਸਰਬਨਾਸ਼ ਹੋ ਜਾਏਗਾ, ਸਾਰਾ ਪਰਿਵਾਰ ਉਹਦਾ ਖਤਮ ਹੋ ਜਾਏਗਾ। ਉਹ ਕਿਉਂ ਬਣ ਗਿਆ?
ਗੁਰੂ ਨਾਨਕ ਸਾਹਿਬ ਦੀਆਂ ਯਾਦਾਂ ਕਿਉਂ ਬਣ ਗਈਆਂ, ਨਨਕਾਣਾ ਸਾਹਿਬ ਕਰਤਾਰਪੁਰ ਕਿਵੇਂ ਬਣ ਗਈ, ਸਾਰੀਆਂ ਮਹਾਂਪੁਰਸ਼ਾਂ ਦੀਆਂ ਗੁਰੂਆਂ ਦੀਆਂ ਯਾਦਾਂ ਹੁੰਦੀਆਂ, ਇਹ ਬਣਦੀਆਂ ਹੀ ਨਹੀਂ। ਮਾੜੇ ਕੰਮ ਨਹੀਂ ਕਰਨੇ, ਬੜੇ ਕੰਮ ਤਾਂ ਕਰਦੇ ਹੀ ਰਹਿਣਾ, ਪਰ ਇਹਨਾਂ ਲੋਕਾਂ ਨੂੰ ਮੱਤ ਕੌਣ ਦੇਵੇ ਜਿਹੜੇ ਹੈ ਹੀ ਮਤਲਬੀ ਸੀ, ਹੈ ਹੀ ਤਮਾਸ਼ਗੀਰ ਸੀ। ਨਾ ਤਾਂ ਅੰਮ੍ਰਿਤ ਵੇਲਾ ਸੰਭਾਲਦੇ ਆ ਬਾਬਾ ਖੇਮ ਸਿੰਘ ਦੀ ਕਹਿ 'ਤੇ, ਨਾ ਉਹਨਾਂ ਨੇ ਆਦਤਾਂ ਛੱਡੀਆਂ, ਨਾ ਉਹਨਾਂ ਸੁਖਮਣੀ 'ਚ ਆਉਣਾ ਸ਼ੁਰੂ ਕੀਤਾ ਬਾਬਾ ਖੇਮ ਸਿੰਘ ਦੀ ਕਹਿ 'ਤੇ, ਨਾ ਪਹਿਰੇ ਦੀਆਂ ਡਿਊਟੀਆਂ ਲਾਉਂਦੇ ਆ, ਉਹ ਬਚਨ ਹੀ ਨਹੀਂ ਪਾਲਦੇ ਸਾਧੂ ਦਾ। ਉਹ ਤਾਂ ਕਹਿੰਦੇ ਸੀ ਜਿਹੜਾ ਨਾਮ ਨਹੀਂ ਜਪਦਾ ਤ੍ਰਿਗੰਤ ਜਨਮ ਪ੍ਰਿਸ਼ਟ ਨੇ, ਗੁਰਮੰਤਰ ਹਿੰਸ ਜੋ ਪ੍ਰਾਣੀ। ਘੱਟ ਤੋਂ ਘੱਟ ਮੈਂ ਬਾਬਾ ਜੀ ਤੋਂ ਇਹ ਪੰਕਤੀਆਂ 50 ਵਾਰੀ ਸੁਣੀਆਂ ਹੋਣੀਆਂ। ਐਡੀ ਵੱਡੀ ਜੁੱਤੀ ਮਾਰਦੇ ਸੀ ਕਿ ਜੇ ਤੂੰ ਅੰਮ੍ਰਿਤ ਵੇਲੇ ਦਾ ਨਿਤਨੇਮ ਨਹੀਂ ਕਰਦਾ, ਸ਼ਾਮ ਦਾ ਨਿਤਨੇਮ ਨਹੀਂ ਕਰਦਾ, ਤੂੰ ਕੁੱਤੇ ਤੋਂ ਵੀ ਮਾੜਾ ਹੈ, ਸੂਰ ਤੋਂ ਵੀ ਮਾੜਾ ਹੈ, ਤੂੰ ਗਧੇ ਤੋਂ ਵੀ ਮਾੜਾ ਹੈ, ਤੂੰ ਕਾਂ ਤੋਂ ਵੀ ਮਾੜਾ ਹੈ, ਤੂੰ ਸੱਪ ਤੋਂ ਵੀ ਮਾੜਾ ਹੈ, ਤੂੰ ਭੂਤਾਂ ਤੋਂ ਵੀ ਮਾੜਾ ਹੈ। ਇਹ ਕਹਿੰਦੇ ਸੀ, ਕੂਕਰ ਹੈ ਸੂਕਰੇ ਗਰਦ ਵੇ ਕੱਕ ਹੈ ਸਰਪਣੇ ਤੁਲਖਲੇ, ਧਾਰ ਨਾਲ ਵਾਲਦੇ ਸੀ ਜਿਹੜੇ ਨਹੀਂ ਆਉਂਦੇ ਸੁਖਮਣੀ 'ਚ, ਉਹ ਸੱਪ ਸੂਰ ਭੂਤ ਬਣਨਗੇ, ਮਾੜੀਆਂ ਜੂਨਾਂ 'ਚ ਭੜਕਣਗੀਆਂ। ਬੰਦੇ ਨੂੰ ਕੀ ਹੈ, ਬਸ ਆਹ ਜੱਗ ਮਿੱਠਾ ਅੱਗੇ ਕਿੰਨੇ ਡਿੱਠਾ ਹੈ। ਜਿਨ੍ਹਾਂ ਦੀ ਪ੍ਰੀਤ ਹੈ ਨਾ, ਬਾਹਰਲੇ ਦੇਸ਼ਾਂ 'ਚ ਭੱਜੇ ਆਉਂਦੇ ਆ। ਬਾਬਾ ਖੇਮ ਸਿੰਘ ਦੀ ਬਰਸੀ, ਬਾਬਾ ਕੁੰਦਨ ਸਿੰਘ ਦੀ ਬਰਸੀ, ਬਾਕੀ ਹਾਲ ਵੇਲੇ ਸਟੇਜਾਂ ਵੇਲੀਆਂ ਗੱਲਾਂ ਜਿਹਦੇ ਤੋਂ ਮਰਜ਼ੀ ਸੁਣ ਲਓ, ਗੱਲੀ ਅਸੀਂ ਚੰਗੀਆਂ ਵਿਚਾਰੀ ਬੁਰੀਆਂ, ਮਨੋ ਕਸੁੱਦੇ ਕਾਲੀਆਂ ਬਾਹਰੋਂ ਚਿਟਵੀਆਂ। ਕਹਿੰਦੇ ਸਾਧੂ ਦੀ ਕਮਾਈ ਦਾ ਬਾਅਦ 'ਚ ਪਤਾ ਲੱਗਦਾ ਹੈ। ਬੜੇ ਸਾਧੂ ਦੀ ਕਮਾਈ ਬੋਲਦੀ ਜੀ, ਅੱਜ ਲੱਗੀਆਂ ਰੌਣਕਾਂ ਵੇਖੀਆਂ ਸਾਧੂ ਦੀ ਕਮਾਈ ਬੋਲਦੀ, ਅੱਜ ਲੱਗੀਆਂ ਰੌਣਕਾਂ ਵੇਖੀਆਂ ਸਾਧੂ ਦੀ ਕਮਾਈ ਬੋਲਦੀ, ਅੱਜ ਸਾਧੂ
ਜਾਦੂ ਦੀ ਕਮਾਈ ਬੋਲਦੀ ਅੱਜ ਲੱਗੀਆਂ ਰੌਣਕਾਂ ਦੇਖੀਆਂ ਜਾਦੂ ਦੀ ਕਮਾਈ ਬੋਲਦੀ ਸਾਧੂ ਦੀ ਕਮਾਈ ਬੋਲਦੀ ਸਾਧੂ ਦੀ ਕਮਾਈ ਸਾਧੂ ਦੀ ਕਮਾਈ ਬੋਲਦੀ ਸਾਧੂ ਦੀ ਕਮਾਈ ਬੋਲਦੀ ਸਾਰੇ ਕਹਾਣੀਆਂ ਪੁੱਤ ਸਪੁੱਤ ਕਰੇ ਜਿਹੜੇ ਪੁੱਤਰ ਸਪੁੱਤਰ ਨੇ ਉਹ ਕਰਦੇ ਆ ਦੂਜੇ ਨਹੀਂ ਕਰਦੇ ਕਪੁੱਤਰ ਨਹੀਂ ਕਰਦੇ ਬਾਬਾ ਜੀ ਦੀਆਂ ਯਾਦਾਂ ਕਹਾਣੀਆਂ ਕਰਨਗੇ ਸਪੁੱਤਰ ਕਪੁੱਤਰ ਨਹੀਂ ਕਿਤੇ ਲੈ ਲੈ ਮੁੱਕਰ ਪਾਏ ਕਿਤੇ ਮੂਰਖ ਖਾਈ ਖਾਏ ਉਹਨਾਂ ਨੇ ਹੁਕਮ ਕੀਤਾ ਸਨ ਬਾਬਾ ਖੇਮ ਸਿੰਘ ਜੀ ਮਹਾਂਪੁਰਖਾਂ ਨੇ ਮੇਰੇ ਜਿੱਡਾ ਹੀ ਖੂੰਡਾ ਸੀ ਅਤੇ ਉਹ ਮੈਨੂੰ ਫੜਾ ਕੇ ਕਹਿੰਦੇ ਫੜ ਆ ਖੂੰਡਾ ਫੜ ਇਹ ਚਲਾਉਣਾ ਹੈ ਵਾਹੁਣਾ ਹੈ ਜਿਹੜੇ ਨਾਮ ਨਹੀਂ ਜਪਦੇ ਜਿਹੜੇ ਸੰਗਤ 'ਚ ਨਹੀਂ ਆਉਂਦੇ ਬਾਬਾ ਕੁੰਦਨ ਸਿੰਘ ਜੀ ਮੈਨੂੰ ਫੜਾ ਕੇ ਖੂੰਡਾ ਨਾ ਕਹਿੰਦੇ ਲੈ ਜਾ ਸੁਖਮਣੀ ਦੇ ਬਾਹਰ ਸਾਰੇ ਬਾਗ ਦੇ ਬਿਹੰਗਮ ਲਾਂਗਰੀ ਪਹਿਰੇਦਾਰ ਸਾਰੇ ਇਕੱਠੇ ਕਰ ਲਾ ਅਸੀਂ ਆਉਣੇ ਬਾਬਾ ਜੀ ਵਾਸਤੇ ਸਟੂਲ ਰੱਖਦਾ ਬਹਿਣ ਵਾਸਤੇ ਬਾਬਾ ਜੀ ਨੇ ਖੂੰਡਾ ਮੈਨੂੰ ਫੜਾ ਤਾ ਸਾਰੇ ਆ ਗਏ ਬਾਬਾ ਜੀ ਕਹਿੰਦੇ ਕਹੇ ਇਹਨਾਂ ਨੂੰ ਜਿਹੜਾ ਸੁਖਮਣੀ 'ਚ ਨਹੀਂ ਆਏਗਾ ਆਹ ਦੇਖ ਲਓ ਜਿਹੜਾ ਕੀਰਤਨ 'ਚ ਨਹੀਂ ਬਿਹੰਗਮ ਜਾਏਗਾ ਦੇਖ ਲਓ ਘੱਟ ਤੋਂ ਘੱਟ ਇੱਕ ਪਾਠ ਸੰਗਤ ਨਾਲ ਸੁਖਮਣੀ ਦਾ ਕਰੋ ਜੈ ਕਰੋਲ ਲਾ ਲਓ ਸੁਖਮਣੀ ਦੀ ਪਾਠ ਵੀ ਚੱਲਦਾ ਹੈ ਗੁਰੂ ਸਾਹਿਬ ਦੀ ਬਾਬਾ ਜੀ ਕਹਿੰਦੇ ਸੀ ਇੱਕ ਰੌਲ ਲਾ ਲਓ ਬਾਕੀ ਦੋਨੋਂ ਟਾਈਮ ਕੀਰਤਨ ਦੀ ਡਿਊਟੀ ਕਰੋ
ਕਹਿੰਦੇ ਫੜ ਖੁੰਡਾ ਖੜੇ ਥੇ ਹਜ਼ੂਰ ਸਾਹਿਬ ਸੇਵਾ ਸ਼ੁਰੂ ਕੀਤੀ। ਬੁੱਢੇ ਦਲ ਦੇ ਮਹਾਂਪੁਰਖ ਸੀ ਬਾਬਾ ਪ੍ਰੇਮ ਸਿੰਘ ਜੀ, ਮਾਤਾ ਸਾਹਿਬ ਕੌਰ ਵਾਲੇ, ਉਹ ਲੈ ਕੇ ਆਏ ਨਾਲ ਖੁੰਡਾ, ਉੱਥੇ ਰੱਖਿਆ ਹੈ। ਕਹਿੰਦੇ ਐਵੇਂ ਨਹੀਂ ਸੇਵਾ ਕਿਸੇ ਨੇ ਕਰਨ ਦੇਣੀ, ਆ ਖੁੰਡਾ ਰੱਖੋ ਕੋਲ। ਮਹਾਂਪੁਰਸ਼ਾਂ ਨੇ ਡਿਊਟੀ ਲਾਈ ਕਿ ਹਰ ਇੱਕ ਤਰ੍ਹਾਂ ਨਾਮ ਜਪਾਉਣਾ ਸੰਗਤਾਂ ਤੋਂ, ਸੁੱਖ ਦੇ ਕੇ ਵੀ, ਦੁੱਖ ਦੇ ਕੇ ਵੀ, ਪਿਆਰ ਕਰਕੇ ਵੀ, ਮਾਰ ਕੇ ਵੀ। ਸਾਡਾ ਲੋਕ ਪ੍ਰਲੋਕ ਸੌਰਨਾ ਨਹੀਂ ਐਵੇਂ। ਪਰ ਚੱਲਦਾ ਕਿਸੇ ਨੂੰ ਦਿਸੇਗਾ ਨਹੀਂ, ਠੁੱਕੇਗਾ ਜ਼ਰੂਰ। ਬਾਬਾ ਕੁੰਦਨ ਸਿੰਘ ਜੀ ਨੇ ਇੱਕ ਘੋਟਣਾ ਦੇ ਤਾ ਸੰਗੀਆਂ ਨੂੰ, ਉਹਨਾਂ ਨੂੰ ਲਟੇਰੇ ਪੈਂਦੇ ਸੀ, ਫਰੌਤੀ ਮੰਗਦੇ ਸੀ 50 ਲੱਖ ਦੀ। ਅਖੀਰੀ ਕਹਿੰਦੇ ਤੁਸੀਂ 25 ਲੱਖ ਦੇ ਦਿਓ, ਅਸੀਂ ਆ ਰਹੇ ਹਾਂ। ਬੜੇ ਡਰਾਵੇ ਦੇਣ ਆ ਕੇ ਬੰਦੂਕਾਂ ਚੱਕੀਆਂ ਦਬਕੇ ਵੀ ਮਾਰ ਕੇ ਉਹਨਾਂ ਨੇ ਬਾਬਾ ਜੀ ਨੂੰ ਦੱਸਿਆ। ਬਾਬਾ ਜੀ ਕੋਲ ਇੱਕ ਘੋਟਣਾ ਪਿਆ ਸੀ, ਘੋਟਣਾ ਆਪਣੇ ਲੋਕ ਸਮਝਦੇ ਆ, ਕਈ ਲੋਕਾਂ ਨੂੰ ਨਹੀਂ ਪਤਾ ਹੁੰਦਾ। ਬਾਬਾ ਜੀ ਨੇ ਸੰਗਲ ਲੱਗਿਆ ਸੀ ਉਹਦੇ ਨਾਲ, ਇੱਕ ਕਮਰਾ ਸੀ, ਉਹਨੂੰ ਦੂਜੀ ਪਾਰਟੀ ਵਾਲੇ ਭੇਜ ਦਿੰਦੇ ਸੀ ਬਾਬਾ ਕੁੰਦਨ ਸਿੰਘ ਦੇ ਬਾਗ 'ਚ ਖੱਲਰ ਮਚਾ। ਉੱਥੇ ਇੱਕ ਪਰਿਵਾਰ ਨੂੰ ਸਰਾਪ ਏ ਪਿੰਡ ਕੌਂਕਿਆਂ 'ਚ, ਉਹਨਾਂ ਦੇ ਇੱਕ ਕਮਰਾ ਰਹਿੰਦਾ ਸੀ, ਉਹਨਾਂ ਸਰਾਪ ਏ, ਉਹਨਾਂ ਦੇ ਪਰਿਵਾਰ 'ਚ ਇੱਕ ਕਮਰਾ ਜ਼ਰੂਰ ਰਹਿੰਦਾ, ਹੁਣ ਵੀ ਉੱਥੇ ਫਿਰਦਾ ਹੁੰਦਾ ਹੈ, ਬਰਸੀ ਨੂੰ ਜਿਹੜਾ ਹੱਥ ਜੇ ਜੋੜਦਾ ਫਿਰਦਾ ਹੁੰਦਾ, ਸਰੋਪੇ ਪਾਉਂਦਾ ਫਿਰਦਾ। ਉਹਨਾਂ ਦੇ ਕਮਲਿਆਂ ਦਾ ਟੱਬਰ ਏ, ਗੁਰਮੁਖਾਂ ਦੇ ਟੱਬਰ ਬਣਾ ਲਓ, ਨਾਮ ਜਪਣ ਵਾਲੇ ਟੱਬਰ ਬਣਾ ਲਓ, ਸੇਵਾ ਕਰਨ ਵਾਲੇ। ਇੱਕ ਪਰਿਵਾਰ ਦਾ ਮੈਂਬਰ ਸਵੇਰੇ ਸੁਖਮਣੀ 'ਚ ਆਵੇ, ਇੱਕ ਸ਼ਾਮ ਦੀ ਸੁਖਮਣੀ 'ਚ ਆਵੇ, ਇੱਕ ਘਰ ਦਾ ਮੈਂਬਰ ਲੰਗਰ ਦੇ ਭਾਂਡੇ ਮਾਂਜੇ ਆਣ ਕੇ, ਇੱਕ ਮੈਂਬਰ ਪਹਿਰਾ ਦੇਵੇ, ਕਿੰਨੀ ਚੰਗੀ ਤੁਹਾਡੀ ਜ਼ਿੰਦਗੀ ਬਣ ਜਾਏਗੀ, ਕਿੰਨੇ ਭਾਅ ਖੁੱਲ੍ਹ ਜਾਣਗੇ। ਘਰ ਦੇ ਵਿੱਚ ਹੀ ਗੰਗਾ ਵਗਦੀ, ਨਹਾਉਣਾ ਹੀ ਔਖਾ ਹੈ। ਇਹ ਨੇੜੇ ਨੇੜੇ ਪਿੰਡਾਂ ਵਾਲੇ ਸਾਡੇ ਤਾਂ ਸੁਖਮਣੀ ਵਾਲੇ ਵੀ, ਇਹਨਾਂ ਨੂੰ ਕਿਹਾ ਹੋਇਆ ਵੀ ਬਾਬਾ ਜੀ ਦੀ ਰਹਿਣ ਸਵਾਈ ਹੈ ਅਤੇ ਰਾਤੀ 12-1 ਵਜੇ ਆ ਜਾਇਆ ਕਰੋ। ਇਹ ਲਕੀਰ ਦੇ ਫਕੀਰ, ਇਹਨਾਂ ਨੇ ਬਾਦਿਆਂ ਨੇ ਪੂਰੇ 3:30 ਹੀ ਆਉਣਾ ਜਦੋਂ ਸੁਖਮਣੀ ਸ਼ੁਰੂ ਹੋਏਗੀ। ਚਾਹ ਚੂ ਪੀ ਕੇ ਗੇੜਾ ਕੱਢ ਕੇ ਆਪਦੇ ਟਾਈਮ ਨਾਲ, ਮੰਨਣੀ ਨਹੀਂ ਸਾਡੀ, ਨਾ ਸੁਣਨੀ ਹੈ।
ਵੀ ਇੰਨੇ ਜਥੇ ਆਉਂਦੇ, ਇੰਨੇ ਮਹਾਂਪੁਰਸ਼, ਰਾਤ ਦੋ ਰਾਤਾਂ ਕੱਢ ਲਿਆ ਕਰੋ, ਬਰਸੀ ਦੀਆਂ ਰਾਤਾਂ ਕੱਢ ਲਿਆ ਕਰੋ, ਅੱਗੇ ਪਿੱਛੇ ਦਿਨੇ ਸੌਂ ਲਵੋ। ਇਹ ਜਾ ਕੇ ਲਾਹਾ ਖੱਟ ਲਓ, ਕੋਈ ਦੁੱਖ ਸੁੱਖ ਆਵੇ, ਅਸੀਂ ਉੱਠਦੇ ਹਾਂ ਸਾਰੀ ਰਾਤ ਤੁਰੇ ਫਿਰਦੇ ਹਾਂ, ਗੱਡੀਆਂ ਚੱਕ ਕੇ ਹਸਪਤਾਲ ਨੂੰ ਵੀ ਭੱਜਾਂਗੇ, ਇੱਥੇ ਰਹਿਣ ਸਫਾਈ ਕਰਿਆ ਕਰੋ, ਪਾਠ ਕਰਕੇ ਲਿਆਇਆ ਕਰੋ। ਪਤਾ ਨਹੀਂ ਮੈਨੂੰ ਕਿੰਨੇ ਕੁ ਲੋਕ ਪਾਠ ਕਰਕੇ ਸੁਖਮਣੀ ਦੇ ਲਿਆਏ ਹੋਣਗੇ, ਕਿੰਨੇ ਕੁ ਜਪਜੀ ਦੇ, ਕਿੰਨੇ ਕੁ ਮਾਲਾ, ਬਾਬਾ ਜੀ ਇਹ ਭੇਟਾਂ ਮੰਗਦੇ ਆ, ਕਿੰਨਿਆਂ ਕੁ ਨੇ ਬਾਬਾ ਜੀ ਦੇ ਅਖੰਡ ਪਾਠ ਕਰਾਏ ਹੋਣਗੇ ਬਰਸੀ 'ਤੇ, ਕਿੰਨਿਆਂ ਨੇ ਸਾਰੇ ਦਿਨ ਸੇਵਾ ਕੀਤੀ ਹੋਏਗੀ, ਮੈਨੂੰ ਕੋਈ ਇੰਨਾ ਪਤਾ ਨਹੀਂ ਕਿ ਪਾਠ ਵੀ ਕਰਕੇ ਲਿਆਏ ਆ ਕਿ ਨਹੀਂ ਲਿਆਏ, ਕਿ ਬਾਬਾ ਜੀ ਦੀ ਬਰਸੀ 'ਤੇ ਸਾਡੇ ਇੰਨੇ ਪਾਠ ਅਰਦਾਸ ਕਰਦੇ ਆ ਜੀ। ਚਲੋ ਉਹ ਤਾਂ ਸਾਲ 'ਚ ਦੋ ਵਾਰੀ ਅਰਦਾਸਾਂ ਹੁੰਦੀਆਂ, ਇੱਕ ਬਾਬਾ ਮਾਨ ਰਾਮ ਸਿੰਘ ਦੀ ਬਰਸੀ 'ਤੇ, ਇੱਕ ਬਾਬਾ ਆਨੰਦ ਸਿੰਘ ਦੀ, ਉਦੋਂ ਹੀ ਕਰਕੇ ਦੇ ਦਿਆ ਕਰੋ। ਪਰ ਕਰੋ, ਯਾਦ ਕਰੋ ਮਹਾਂਪੁਰਸ਼ਾਂ ਨੂੰ। ਅਸਲੀ ਰੱਬ ਉਹੀ ਹੈ ਜਿਹੜਾ ਸਾਨੂੰ ਮਿਲਿਆ ਸੀ, ਅਸਲੀ ਗੁਰੂ ਨਾਨਕ ਉਹੀ ਹੈ ਜਿਹੜੇ ਸਾਨੂੰ ਮਿਲੇ ਸੀ, ਅਸਲੀ ਗੁਰੂ ਗੋਬਿੰਦ ਸਿੰਘ ਜੀ ਉਹੀ ਹੈ ਜਿਹੜਾ ਰੂਪ ਸਾਨੂੰ ਮਿਲਿਆ ਸੀ। ਬਾਕੀ ਅਸੀਂ ਭਾਵੇਂ ਜੂਰ ਸਾਹਿਬ ਭਾਜੋ, ਭਾਵੇਂ ਅੰਮ੍ਰਿਤਸਰ ਭਾਜੋ, ਭਾਵੇਂ ਜਿੱਥੇ ਮਰਜ਼ੀ ਤੁਰੇ ਫਿਰ, ਕਈਆਂ ਨੇ ਕਹਿਣਾ ਜੀ ਅਸੀਂ ਜਾਣਾ ਹੈ ਮੁਕਤਸਰ ਜਾਣਾ ਹੈ, ਦਮਦਮੇ ਜਾਣਾ ਹੈ। ਬਾਬਾ ਜੀ ਕਹਿੰਦੇ ਇੱਥੋਂ ਦੀ ਮਰਜ਼ਾਦਾ ਹੈ, ਸਿੱਧੇ ਘਰ ਜਾਣਾ ਹੈ, ਜਿੱਥੇ ਮਰਜ਼ੀ ਭੱਜੇ ਫਿਰੋ, ਫਿਰ ਟਾਈਮ ਕੱਢ ਲਿਓ, ਫਿਰ ਤੀਰਥਾਂ ਦੇ ਗੇੜੇ ਕੱਢ ਲਿਓ। ਸਾਡੇ ਵਾਸਤੇ ਤਾਂ ਵੱਡਾ ਤੀਰਥ ਆਧਾਰੀ ਹੈ, ਇੱਥੇ ਨਾਮ ਜਪਣਾ ਹੀ ਵੱਡਾ ਕੰਮ ਹੈ, ਜਿੱਥੇ ਮਰਜ਼ੀ ਭੱਜੇ ਫਿਰੋ, ਲਗੇ ਹੀ ਫਿਰਦੇ ਨੇ, ਸਾਰੀ ਉਮਰਾਂ ਤੀਰਥਾਂ 'ਤੇ ਲਾ ਦਿੰਦੇ ਆ, ਚੋਰੀਆਂ ਕਰਨੋਂ ਨਹੀਂ ਹਟਦੇ, ਗੋਲਕ ਪੜਨੋਂ ਨਹੀਂ ਹਟਦੇ, ਚੱਕ ਚੱਕ ਕੇ ਮਾਰ ਖਾਣਾ ਨਹੀਂ ਹਟਦੇ, ਸਾਰੀ ਉਮਰਾਂ ਕੱਢ ਲੈਂਦੇ ਆ, ਪੈਸੇ ਲੈ ਲੈ ਕੇ ਬਸ ਪੇਟ ਹੀ ਪਾਲਦੇ ਆ। ਉਹਨਾਂ ਨੂੰ ਪਤਾ ਹੀ ਨਹੀਂ ਤੀਰਥ ਕੀ ਚੀਜ਼ ਹੈ। ਰੱਬ ਦੀ ਭੁੱਲ ਜਾਈ ਨਾ ਜਿੰਦੜੀਏ, ਸੰਤਾਂ ਦੀ ਸੂਰਤ ਰੱਬ ਦੀ ਭੁੱਲ ਜਾਈ ਨਾ ਜਿੰਦੜੀਏ, ਸੰਤਾਂ ਦੀ ਸੂਰਤ ਰੱਬ ਦੀ ਭੁੱਲ ਜਾਈ ਨਾ ਜਿੰਦੜੀਏ, ਸੰਤਾਂ ਦੀ ਸੂਰਤ ਰੱਬ ਦੀ ਭੁੱਲ ਜਾਈ ਨਾ ਜਿੰਦੜੀਏ, ਉਹ
ਸੰਤਾਂ ਦੀ ਸੂਰਤ ਰੱਬ ਦੀ ਭੁੱਲ ਜਾਈ ਨਾ ਜਿੰਦੜੀਏ ਸੰਤਾਂ ਦੀ ਸੂਰਤ ਰੱਬ ਦੀ ਭੁੱਲ ਜਾਈ ਨਾ ਜਿੰਦੜੀਏ ਰਾਬਣੀ ਭੁੱਲ ਜਾਈ ਨਾ ਜਿੰਦੜੀਏ ਇਹਨਾਂ ਚ ਵਸਦਾਈ ਰਾਬਣੀ ਭੁੱਲ ਜਾਈ ਨਾ ਜਿੰਦੜੀਏ ਸੰਤਾਂ ਦੀ ਸੂਰਤ ਰੱਬ ਦੀ ਭੁੱਲ ਜਾਈ ਨਾ ਜਿੰਦੜੀਏ ਸੰਤਾਂ ਦੀ ਸੂਰਤ ਰੱਬ ਦੀ ਭੁੱਲ ਜਾਈ ਨਾ ਜਿੰਦੜੀਏ ਅੱਜ ਸੂਰਤ ਰੱਬ ਦੀ ਭੁੱਲ ਜਾਈ ਨਾ ਜਿੰਦੜੀਏ ਸੰਤਾਂ ਦੀ ਸੂਰਤ ਰੱਬ ਦੀ ਭੁੱਲ ਜਾਈ ਨਾ ਜਿੰਦੜੀਏ ਓ ਸੰਤਾਂ ਦੀ ਸੂਰਤ ਰੱਬ ਦੀ ਰੱਬ ਜੀ ਭੁੱਲ ਜਾਈ ਨਾ ਜਿੰਦੜੀਏ ਸੰਤਾਂ ਦੀ ਸੂਰਤ ਰੱਬ ਜੀ ਭੁੱਲ ਜਾਈ ਨਾ ਜਿੰਦੜੀਏ ਸੰਤਾਂ ਦੀ ਸੂਰਤ ਰੱਬ ਜੀ ਭੁੱਲ ਜਾਈ ਨਾ ਜਿੰਦੜੀਏ ਸੰਤਾਂ ਦੀ ਸੂਰਤ ਰੱਬ ਜੀ ਭੁੱਲ ਜਾਈ ਨਾ ਵਾਹਿਗੁਰੂ ਬੂਟਾ ਲਾਈਏ ਬੂਟੇ ਨੂੰ ਫਲ ਲੱਗਣ ਸਵਾਦ ਆ ਜਾਏ ਫਸਲਾਂ ਬੀਜੀਏ ਝਾੜ ਆ ਜਾਏ ਝਾੜ ਝਾੜੀਏ ਬੂਟਿਆਂ ਨੂੰ ਫਲ ਲੱਗਣ ਮਾਂ ਪੁਰਖ ਦੀ ਸੰਗਤ ਕਰੀ ਦਾ ਫਾਇਦਾ ਹੈ ਜੇ ਤੁਹਾਡੇ ਰੋਜ਼ ਦੀ ਜ਼ਿੰਦਗੀ ਬਣੀ ਹੋਵੇ ਨੇਮ ਬਣੇ ਹੋਣ ਨਹੀਂ ਤਾਂ ਲਾਣਤ ਉਹਨਾਂ ਬਾਗਾਂ ਨੂੰ ਜਿਨ੍ਹਾਂ ਨੂੰ ਫਾਲ ਹੀ ਨਹੀਂ ਲੱਗਦੇ ਜਿਨ੍ਹਾਂ ਦੇ ਝਾੜ ਹੀ ਨਹੀਂ ਆਉਂਦੀ ਪਤੀ ਵੀ ਲੱਭਿਆ ਸਹੁਰਿਆਂ ਦਾ ਘਰ ਵੀ ਲੱਭਿਆ ਵਿਆਹ ਵੀ ਕਰਾ ਲਿਆ ਬੱਚਾ ਹੀ ਨਹੀਂ ਜੰਮਿਆ ਤਾਂ ਕੀ ਉਹ ਫਿਰ ਕੀ ਫਾਇਦਾ ਹੈ ਮਹਾਂਪੁਰਖ ਦੀ ਸੰਗਤ ਕੀਤੀ ਦਾ ਫਾਇਦਾ ਹੈ ਜਿਹੜੇ ਗੁਰਮੁਖ ਬਣੇ ਹੋਏ ਨੇ ਰੋਜ਼ 2 ਘੰਟੇ ਲਾਉਣ 4 ਘੰਟੇ ਲਾਉਣ ਘੰਟਾ ਲਾਉਣ ਮਹਾਂਪੁਰਸ਼ਾਂ ਨੇ ਉਹ ਜਾਗ ਲਾਈ ਅਤੇ ਦੁੱਧ ਹੀ ਨਹੀਂ ਜੰਮਿਆ ਪਾਲੋ ਸਿਰ 'ਚ ਕੱਢ ਲਓ ਮੱਖਣ ਸਾਧੂ ਨੇ ਤਾਂ ਜਾਗ ਹੀ ਲਾਉਣੀ ਬਾਬਾ ਖੇਮ ਸਿੰਘ ਜੀ ਨੇ ਜਿਨ੍ਹਾਂ ਨੂੰ ਜਾਗ ਲਾਈ ਹੈ ਨਾ ਵਿਗੜਿਆ ਝਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ ਉਹਨਾਂ ਨੂੰ ਕੀ ਫਾਇਦਾ ਜਿਹੜਾ ਦਹੀਂ ਵਿਗਾੜ ਕੇ ਬੈਠੇ ਹੋਏ ਮਹਾਂਪੁਰਸ਼ ਇੱਕ ਵਾਰੀ ਮਿਲਣ ਜ਼ਿੰਦਗੀ 'ਚ ਸੱਜਣ ਠੱਗ ਨੂੰ ਇੱਕ ਵਾਰੀ ਮਿਲੇ ਸੀ ਉਹ ਮਹਾਂਪੁਰਸ਼ ਬਣ ਗਿਆ ਸੀ ਉਹਨੇ ਕੋਈ 6 ਮਹੀਨੇ ਸਾਲ ਸੇਵਾ ਨਹੀਂ ਕੀਤੀ ਸੀ ਕੌਡੇ ਰਾਕਸ਼ ਨੂੰ ਇੱਕ ਵਾਰੀ ਮਿਲੇ ਸੀ ਭੂਮੀਏ ਚੋਰ ਨੂੰ ਇੱਕ ਵਾਰੀ ਮਿਲੇ ਸੀ ਜਾਗ ਲਾਉਣ ਦੀ ਲੋੜ ਹੈ ਸਾਧੂ ਭਾਵੇਂ ਇੱਕ ਵਾਰੀ ਮਿਲੇ ਰੱਬ ਵਰਗਾ ਸਾਧੂ ਮਿਲਿਆ
ਰੱਬ ਵਰਗਾ ਸਾਧੂ ਮਿਲਿਆ ਮੇਰਾ ਜੀਵਨ ਸਵਾਰ ਗਿਆ, ਰੱਬ ਵਰਗਾ ਸਾਧੂ ਮਿਲਿਆ ਮੇਰਾ ਜੀਵਨ ਸਵਾਰ ਗਿਆ, ਸਾਧੂ ਮਿਲਿਆ ਰੱਬ ਵਰਗਾ ਸਾਧੂ ਮਿਲਿਆ ਮੇਰਾ ਜੀਵਨ ਸਾਧੂ ਮਿਲਿਆ ਮੇਰਾ ਜੀਵਨ ਸਵਾਰ ਗਿਆ, ਵਰਗਾ ਸਾਧੂ ਮਿਲਿਆ ਮੇਰਾ ਜੀਵਨ ਸਵਾਰ ਗਿਆ, ਰੱਬ ਵਰਗਾ ਸਾਧੂ ਮਿਲਿਆ ਮੇਰਾ ਜੀਵਨ ਸਵਾਰ ਗਿਆ, ਰੱਬ ਵਰਗਾ ਸਾਧੂ ਮਿਲਿਆ ਮੇਰਾ ਜੀਵਨ ਸਵਾਰ ਗਿਆ, ਰੱਬ ਵਰਗਾ ਸਾਧੂ ਤਾਰੀ ਆਪ ਤੇਰੀ
ਰੱਬ ਵਰਗਾ ਸਾਧੂ ਮਿਲਿਆ ਮੇਰਾ ਜੀਵਨ ਸਵਾਰ ਗਿਆ ਰੱਬ ਵਰਗਾ ਅੱਗੇ ਬੋਲਿਆ ਕਰੋ ਦੂਜੀ ਪੰਕਤੀ ਨਾਮ ਜਪਿਆ ਤੇ ਨਾਮ ਜਪਾਇਆ ਜਗਤ ਜਲੰਦਾ ਉਤਾਰ ਗਿਆ ਨਾਮ ਜਪਿਆ ਤੇ ਨਾਮ ਜਪਾਇਆ ਜਗਤ ਜਲੰਦਾ ਉਤਾਰ ਗਿਆ ਰੱਬ ਵਰਗਾ ਮੇਰਾ ਜੀਵਨ ਸਵਾਰ ਗਿਆ ਰੱਬ ਵਰਗਾ ਸਾਧੂ ਮਿਲਿਆ ਮੇਰਾ ਜੀਵਨ ਸਵਾਰ ਗਿਆ ਅਸੀਂ ਮੂਰਖਾਂ ਨੇ ਕਦਰ ਨਾ ਕੀਤੀ ਅਗੋ ਲੰਘ ਨਿਰੰਕਾਰ ਗਿਆ ਅਸੀਂ ਮੂਰਖਾਂ ਨੇ ਕਦਰ ਨਾ ਕੀਤੀ ਅਗੋ ਲੰਘ ਨਿਰੰਕਾਰ ਗਿਆ ਅਸੀਂ ਮੂਰਖਾਂ ਨੇ ਕਦਰ ਨਾ ਕੀਤੀ ਅਗੋ ਲੰਘ ਨਿਰੰਕਾਰ ਗਿਆ ਅਸੀਂ ਮੂਰਖਾਂ ਨੇ ਕਦਰ ਨਾ ਕੀਤੀ ਅਗੋ ਲੰਘ ਨਿਰੰਕਾਰ ਗਿਆ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਆਪਣਾ ਜੀਵਨ ਵਾਰ ਗਿਆ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਆਪਣਾ ਜੀਵਨ ਵਾਰ ਗਿਆ ਸੇਵਾ ਗੁਰੂ ਗ੍ਰੰਥ ਸਾਹਿਬ ਜੀ ਕੀਤੀ ਆਪਣਾ ਜੀਵਨ ਵਾਰ ਗਿਆ ਸੇਵਾ ਗੁਰੂ ਗ੍ਰੰਥ ਸਾਹਿਬ ਜੀ ਕੀਤੀ ਆਪਣਾ ਜੀਵਨ ਬਾਬਾ ਖੇਮ ਸਿੰਘ ਸੇਵਾ ਕੀਤੀ ਆਪਣਾ ਜੀਵਨ ਵਾਰ ਗਿਆ ਬਾਬਾ ਖੇਮ ਸਿੰਘ ਸੇਵਾ ਕੀਤੀ ਆਪਣਾ ਜੀਵਨ ਵਾਰ ਗਿਆ ਜਿਹਨੇ ਸਾਰੀ ਦੁਨੀਆ ਤਾਰੀ ਆਪ ਤਰਿਆ ਤੇ ਸਾਨੂੰ ਵੀ ਤਾਰ ਗਿਆ ਨਾਰੇ ਸਾਰੀ ਦੁਨੀਆ ਤਾਰੀ ਆਪ ਤਰਿਆ ਸਾਨੂੰ ਵੀ ਤਾਰ ਗਿਆ ਸਾਰੀ ਦੁਨੀਆ ਤਾਰੀ ਆਪ ਤਰਿਆ ਸਾਨੂੰ ਵੀ ਤਾਰ ਗਿਆ ਜਿਵੇਂ ਸਾਰੀ ਦੁਨੀਆ ਤਾਰੀ ਆਪ ਤਰਿਆ ਸਾਨੂੰ ਵੀ ਤਾਰਿਆ ਜਿਵੇਂ ਭਾਈ ਪੈਸੇ ਮੋੜਨੇ ਹੋਣ ਨਾ ਕਰਜ਼ਾ ਦੇਣਾ ਹੋਵੇ ਉਹਨੂੰ ਹਲੂਣਾ ਦੇਣਾ ਪੈਂਦਾ ਵੀ ਕਰਜ਼ਾ ਤਾਂ ਮੋੜ ਨਹੀਂ ਦਿੰਦੇ ਲੋਕ ਇਹਨਾਂ ਨੂੰ ਹਲੂਣਾ ਦਿਆ ਕਰੋ ਜਿਹੜੇ ਬਾਬਾ ਜੀ ਤੋਂ ਦਾਤਾ ਲੈ ਕੇ ਮੁਨਕਰ ਹੋ ਕੇ ਬੈਠੇ ਆ ਬਲੈਤਾਂ ਤੋਂ ਚੱਲ ਚੱਲ ਕੇ ਆ ਜਾਣ ਪਰਿਵਾਰ ਪੂਰਾ ਲੈ ਕੇ ਆਉਣ ਸਭ ਨੂੰ ਦੱਸਣ ਕਿ ਆ ਦਾਤ ਮਹਾਂਪੁਰਖਾਂ ਦੀ ਸੀ
ਸਾਨੂੰ ਆਪਣੇ ਬਾਰੇ ਪਤਾ ਤਾਂ ਕੋਈ ਨਹੀਂ ਕਿ ਕੀ ਕਰਦੇ ਕੀ ਨਹੀਂ ਕਰਦੇ, ਪਰ ਅਸੀਂ ਅੰਦਰ ਵੜ ਕੇ ਰੋਂਦੇ ਜ਼ਰੂਰ ਹਾਂ ਕਿ ਬਾਬਾ ਜੀ ਜਿੰਨੀਆਂ ਤੁਸੀਂ ਰਹਿਮਤਾਂ ਕੀਤੀਆਂ, ਜਿੰਨੀਆਂ ਕਿਰਪਾ ਕੀਤੀਆਂ, ਓਨੀ ਅਸੀਂ ਸੇਵਾ ਨਹੀਂ ਕਰ ਓਨਾ ਅਸੀਂ ਕਰ ਨਹੀਂ ਰਹੇ। ਪਛਤਾਵਾ ਜ਼ਰੂਰ ਕਰਦੇ ਅਸੀਂ ਕਿ ਓਨਾ ਅਸੀਂ ਕਰ ਨਹੀਂ ਰਹੇ ਜਿੰਨੀਆਂ ਤੁਸੀਂ ਰਹਿਮਤਾਂ ਕੀਤੀਆਂ, ਜਿੰਨੇ ਸੁੱਖ ਦਿੱਤੇ ਓਨੀ ਸੇਵਾ ਨਾ ਹੋਵੇ ਮੇਥੋਂ, ਮੈਂ ਜਿੰਨਾ ਖਾਵਾਂ ਤੇਰਾ ਫਿਰ ਵੀ ਮੇਰੇ ਬਾਬਾ ਜੀ ਤੁਸੀਂ ਤੱਕੋ ਨਾ ਉੱਗਣ ਮੇਰਾ, ਜਿੰਨੀਆਂ ਮਿਹਰਾਂ ਤੇਰੀਆਂ ਹੋਈਆਂ ਮੈਂ ਨਹੀਂ ਸਾ ਇੰਨੇ ਜੋਗਾ, ਮੈਂ ਕੰਗਲਾ ਸੁੱਖ ਪਾਤਸ਼ਾਹੀਆਂ ਦੇ ਤੇਰੇ ਦਿੱਤੇ ਭੋਗਾ, ਜਿੰਨੇ ਉਹਨਾਂ ਨੇ ਕਿਰਪਾ ਕੀਤੀ ਹੈ ਉਹਨਾਂ ਨਹੀਂ ਅਸੀਂ ਕਰ ਸਕਦੇ, ਕਿਉਂਕਿ ਕਲਯੁਗੀ ਜੀਵ ਹਾਂ, ਔਗਣਾਂ ਦੇ ਪੁਤਲੇ ਹਾਂ। ਪਰ ਭਾਈ ਜ਼ਰੂਰ ਕਰੋ, ਬਾਬਾ ਜੀ ਦੇ ਨੇਮ ਝੋਲੀ 'ਚ ਬਣ ਲਓ, ਹੋਰ ਸਭ ਕੁਝ ਚਲਾ ਜਾਏ, ਇਹ ਨਾ ਜਾਣ ਦਿਓ। ਰੋਜ਼ ਕਰੋਗੇ ਰੋਜ਼ ਹੀ ਮਿਲੇਗਾ ਕੋਈ ਨਾ ਕੋਈ, ਰੋਜ਼ ਬੰਦਗੀ ਕਰੋਗੇ ਨਾਮ ਜਪੋਗੇ ਰੋਜ਼ ਹੀ ਮਿਲੇਗਾ, ਰੋਜ਼ ਆਵੋਗੇ ਰੋਜ਼ ਹੀ ਕੋਈ ਲੈ ਕੇ ਜਾਓਗੇ, ਅਤੇ ਬਰਸੀ 'ਤੇ ਤਾਂ ਘੱਟ ਤੋਂ ਘੱਟ ਪੁੱਲੇ ਚੁੱਕੇ ਪਹੁੰਚਿਆ ਕਰੋ, ਸੇਵਾ ਸੰਭਾਲਿਆ ਕਰੋ। ਇਹ ਬਰਸੀ ਇਵੇਂ ਹੀ ਵਧਣੀ ਚਾਹੀਦੀ ਜਿਵੇਂ ਬਾਬੇ ਮਾਨ ਨਾਮ ਸਿੰਘ ਦੀ ਬਰਸੀ ਪਹਿਲੋਂ ਬਾਬਾ ਖੇਮ ਸਿੰਘ ਜੀ ਨੇ 20 ਕੁ ਬੰਦਿਆਂ ਨਾਲ ਮਨਾਈ ਸੀ, 30-40 ਬੰਦਿਆਂ ਨਾਲ, ਅਤੇ ਫਿਰ ਕਿੱਡੇ ਕਿੱਡੇ ਇਕੱਠ ਹੋਣ ਲੱਗ ਪਏ, 20-20 ਦਿਨ ਮਾਂ ਸੰਪਟ ਪਾ, ਅਤੇ ਉਹਨਾਂ ਦਾ ਤਾਂ ਹੁਕਮ ਨਹੀਂ। ਅਸੀਂ ਫਿਰ ਵੀ ਕਿਹਾ ਕਿ ਜੇ ਉਹਨਾਂ ਨੂੰ ਯਾਦ ਨਹੀਂ ਕਰਨਾ ਤਾਂ ਕਿਹਨੂੰ ਕਰਨਾ ਜੀ। ਬਾਬਾ ਖੇਮ ਸਿੰਘ ਦੀ ਬਰਸੀ ਮਨਾਉਣ ਨਾਲ ਸਿਰਫ ਉਹਨਾਂ ਦੀਆਂ ਯਾਦਾਂ ਆਉਂਦੀਆਂ ਨੇ ਸਾਡੇ ਹਿਰਦੇ 'ਚ ਕਰ ਕਰਦੀਆਂ, ਨਹੀਂ ਤਾਂ ਅਸੀਂ ਭੁੱਲੇ ਬੈਠੇ ਹਾਂ ਉਹਨਾਂ ਨੇ ਕੀ ਦਿੱਤਾ ਕੀ ਕਾਰਜ ਸਵਾਰੇ। ਸੰਗਤ 'ਚ ਬਹਿ ਕੇ ਫਿਰ ਇੱਕ ਗੱਲ ਚੇਤੇ ਆਉਂਦੀ, ਸਾਡੇ ਕਿਰਪਾ ਹੋ ਜਾਏਗੀ ਪਰਿਵਾਰ 'ਤੇ, ਅਤੇ ਭਾਈ ਬਰਸੀ ਜ਼ਰੂਰ ਮਨਾਓ ਭੁੱਲੇ ਭਟਕੇ ਬਾਬਾ ਜੀ ਦੀ, ਜਨਮ ਦਿਹਾੜਾ ਜ਼ਰੂਰ ਮਨਾਓ। ਜਨਮ ਦਿਨ 'ਤੇ ਬਰਸੀ ਹੁੰਦੀ ਮਹਾਂਪੁਰਖਾਂ ਦੀ, ਬਾਬਾ ਕੁੰਦਨ ਸਿੰਘ ਜੀ ਦੀ ਬਰਸੀ ਅੱਗੇ ਆ ਗਈ, ਇਹ ਬਰਸੀ ਹੈ ਬਾਬਾ ਨਰੈਣ ਸਿੰਘ ਦੀ, ਬਾਬਾ ਈਸ਼ਰ ਸਿੰਘ ਜੀ ਦੀ, ਬਾਬਾ ਖੇਮ ਸਿੰਘ ਜੀ ਦੀ, ਕੱਲ੍ਹ ਤੋਂ ਬਾਬਾ ਕੁੰਦਨ ਸਿੰਘ, ਬਾਬਾ ਭਜਨ ਸਿੰਘ ਜੀ, ਹਰਭਜਨ ਸਿੰਘ ਜੀ, ਸੰਤ ਗੁਰਮੇਲ ਸਿੰਘ ਜੀ, ਉਹਨਾਂ ਦੀ ਬਰਸੀ, ਅਤੇ ਸਾਰੇ ਜ਼ਰੂਰ ਮਨਾਓ। ਅਸੀਂ ਹਲੂਣਾ ਹੀ ਦੇਣਾ ਹੈ, ਬਾਕੀ ਮਾਫ਼ੀ ਮੰਗਦੇ ਹਾਂ ਕਈਆਂ ਨੂੰ ਵੱਧ ਘੱਟ ਕਹਿ ਲਈਏ, ਉਹਦੀ ਮਾਫ਼ੀ ਮੰਗਦੇ ਹਾਂ, ਪਰ ਅਸੀਂ ਜੋ ਕਹਿ ਰਹੇ ਹਾਂ ਚੰਗੇ ਵਾਸਤੇ ਭਲੇ ਵਾਸਤੇ ਵੀ ਕਹਿ ਰਹੇ ਹਾਂ। ਸਾਨੂੰ ਆਪ ਨੂੰ ਬਹੁਤ ਧੱਕਾ ਲੱਗਦਾ ਹੈ, ਬਹੁਤ ਮਨ ਨੂੰ ਹੁੰਦਾ ਹੈ
ਕਿ ਬਾਬਾ ਜੀ ਦੀ ਬਰਸੀ, ਬਾਬਾ ਜੀ ਦੇ ਦਿਹਾੜੇ, ਗਲਾ ਨਹੀਂ ਚੱਲਦਾ ਫਿਰ ਵੀ ਕੀਰਤਨ ਕਰੀਦਾ, ਖਾਂਸੀ ਨਜ਼ਲਾ ਨਹੀਂ ਰੁਕਦਾ ਫਿਰ ਵੀ ਹਾਜ਼ਰੀ ਭਰੀ ਦੀ ਸੰਗਤ ਨੂੰ ਕਹੀਦਾ ਵੀ ਪ੍ਰਸ਼ਾਦ ਦੇਈਏ, ਭੁਗਤਾਈਏ, ਉਹਨਾਂ ਸਾਡੀ ਡਿਊਟੀ ਲਾਈਏ, ਜਿੰਨੀ ਕੁ ਹੋ ਸਕਦੀ ਔਖੇ ਸੌਖੇ ਕਰੀਏ। ਬਾਬਾ ਜੀ ਵੀ ਸਾਰੀ ਸੰਗਤ ਨੂੰ ਪ੍ਰਸ਼ਾਦ ਦਿੰਦੇ ਸੀ, ਸਭ ਦੀਆਂ ਬੇਨਤੀਆਂ ਸੁਣਦੇ ਸੀ, ਕਈ ਵਾਰੀ ਕੈਦ ਵੀ ਦਿੰਦੇ ਸੀ, ਭਾਈ ਮੈਂ ਇੰਨਾ ਕੁਝ ਧੱਕੇ ਨਾਲ ਕਰਦਾ ਪਿਆ ਸਰੀਰ ਤੋਂ, ਮੈਂ ਇੰਨਾ ਕੁਝ ਕਰ ਨਹੀਂ ਸਕਦਾ, ਉਮਰ 100 ਸਾਲ ਹੋ ਗਈ ਹੈ, ਕੁਝ ਵੇਖਿਆ ਕਰੋ। ਫਿਰ ਬਾਬਾ ਜੀ ਕਹਿੰਦੇ ਸੀ, ਸੰਗਤ ਆਉਂਦੀ ਸੀ ਬਹੁਤ ਜ਼ਿਆਦੀ ਪਾਠ ਸੁਖਮਣੀ 'ਤੇ, ਉਹਨਾਂ ਨੂੰ ਕਹਿੰਦੇ ਭਾਈ ਤੁਸੀਂ ਨਾਨਕਸਾਰੀ ਕਰ ਲਿਆ ਕਰੋ ਪਾਠ, ਉੱਥੇ ਹੀ ਪ੍ਰਸ਼ਾਦ ਲੈ ਲਿਆ ਕਰੋ, ਇੰਨਿਆਂ ਨੂੰ ਮੈਂ 1000 ਬੰਦੇ ਨੂੰ 2000 ਨੂੰ ਪ੍ਰਸ਼ਾਦ ਕਿੱਥੋਂ ਦਿਆਂ, ਸਰੀਰ ਬਾਂਹ ਥੱਕ ਜਾਂਦੀ, ਨਾ ਦਿਆਂ ਤਾਂ ਫਿਰ ਕਹਿੰਦੇ ਵੀ ਪ੍ਰਸ਼ਾਦ ਨਹੀਂ ਮਿਲਿਆ ਸਾਨੂੰ। ਅਤੇ ਉਹ ਕਹਿੰਦੇ ਸੀ ਭਾਈ ਮੇਰੇ ਸਰੀਰ ਹੈ ਜਿਵੇਂ ਮੈਂ, ਇਹਨੂੰ ਥੋੜ੍ਹਾ ਥੋੜ੍ਹਾ ਤੋਰੀ ਹੋਣਾ ਬਾਬਾ ਜੀ ਦੇ ਕੋਈ ਚਰਨਾਂ 'ਚ, 100 ਸਾਲ ਤੋਂ ਉੱਤੇ ਉਮਰ ਲੰਘ ਗਈ ਹੈ, ਧੰਨ ਸੀ 105 ਸਾਲ ਦੀ ਉਮਰ, ਅਤੇ ਪਤਾ ਹੀ ਹੈ ਤੁਹਾਨੂੰ ਸਾਨੂੰ ਤਾਂ 60 ਸਾਲ ਦੀ ਉਮਰ 'ਚ ਸਹਾਰੇ ਦੀ ਲੋੜ ਪੈ ਗਈ, ਉਹਨਾਂ 105 ਸਾਲ ਦੀ ਉਮਰ ਤੱਕ ਵੀ ਸਹਾਰਾ ਨਹੀਂ ਲਿਆ, ਸੋਟੀ ਕੱਲੀ ਫੜ ਲੈਂਦੇ ਸੀ, ਉਹ ਵੀ ਕਈ ਵਾਰੀ ਆਉਣਾ ਅੰਦਰੋਂ ਅੰਮ੍ਰਿਤ ਵੇਲੇ ਸੁਖਮਣੀ ਦੇ ਵਿੱਚ ਜਦੋਂ, ਅਤੇ ਭੱਜੇ ਹੀ ਆਉਂਦੇ ਸੀ, ਸ਼ਕਤੀ ਸੀ, ਅਰਦਾਸ ਸੁਖਮਣੀ ਦੀ ਅਰਦਾਸ ਹੁੰਦੀ ਸੀ, ਬਸ ਰੱਬ ਦੇ ਰੰਗੇ ਮਹਾਂਪੁਰਸ਼ ਪਤਾ ਨਹੀਂ ਕਿਹੜੀਆਂ ਰੂਹਾਂ ਵਾਲੇ ਬਸ ਲਗੇ ਆਉਂਦੇ ਸੀ, ਅਤੇ ਬਰਸਾਤਾਂ ਮੀਂਹ ਉਹਦੀਆਂ ਮਿਹਰਾਂ ਦੇ ਬਰਸ ਰਹੇ ਸੀ, ਬਖਸ਼ਿਸ਼ਾਂ ਚਮ ਚਮ ਕਰਦੀਆਂ ਸੀ, ਕਿੱਧਰ ਵੀ ਲੰਘਣ ਕਿੱਧਰ ਵੀ ਕਮਾਈਆਂ ਨੇ, ਪਤਾ ਨਹੀਂ ਕਿੰਨੇ ਜਨਮ ਉਹਨਾਂ ਨੇ ਕੀਤੀਆਂ, ਅਸੀਂ ਉਹਨਾਂ ਦੀ ਰੀਸ ਕਿੱਥੋਂ ਕਰ ਲਾਂਗੇ। ਬਾਬਾ ਕੁੰਦਨ ਸਿੰਘ ਜੀ ਦੀ ਉਹਨਾਂ ਨੇ 100-100, 200-200 ਜਨਮ ਲਾਏ ਨੇ, ਜਨਮਾਂ ਜਨਮਾਂ ਦੀ ਉਹਨਾਂ ਦੀ ਕਮਾਈ, ਪਰ ਆਪਾਂ ਬਹਿ ਕੇ ਚੇਤੇ ਕਰ ਲਈਏ ਕਰੀਏ, ਇਕੱਲਾ ਸੁਖਮਣੀ ਦੇ ਨਾਲ ਰਿਹਾ ਕਰੋ, ਸਾਖੀਆਂ ਜ਼ਰੂਰ ਸੰਗਤ ਵਿੱਚ ਜ਼ਰੂਰ ਬੈਠਿਆ ਕਰੋ। ਬਾਬਾ ਜੀ ਇਸ ਚੀਜ਼ ਦੀ ਆਲੋਚਨਾ ਕਰਦੇ ਸੀ ਵੀ ਇਕੱਲੇ ਸੁਖਮਣੀ ਦੇ ਵਿੱਚ ਆਉਂਦੇ ਹਨ, ਕੋਈ ਸਾਖੀ ਨਹੀਂ ਸੁਣਦੇ, ਕੋਈ ਕਥਾ ਨਹੀਂ ਸੁਣਦੇ, ਅਸੀਂ 1 ਘੰਟਾ ਕਥਾ ਪਹਿਲੋਂ ਰੱਖੀ, ਸੁਖਮਣੀ ਦਾ ਵੀ 1/2 ਘੰਟਾ ਪਾਠ ਲੇਟ ਕਰ ਲਈਦਾ। ਹੁਣ ਸਾਰੀ ਸੰਗਤ ਜਪਜੀ ਸਾਹਿਬ ਸ਼ਬਦ ਹਜ਼ਾਰੇ ਸੁਖਮਣੀ ਸਾਹਿਬ ਦੇ ਪਾਠ, ਇੱਥੇ ਹੀ ਸਾਰੀ ਮਰਿਆਦਾ ਹੋਣੀ, ਇੱਥੇ ਹੀ ਪਾਠ ਕਰਨਾ, ਬਾਅਦ ਵਿੱਚ ਹੁਕਮਨਾਮਾ ਅਰਦਾਸ ਇੱਥੇ ਹੀ ਹੋਏਗੀ ਸਾਰਾ ਕੁਝ। ਅਤੇ ਜ਼ਰੂਰ ਭਾਈ ਉਹਨਾਂ ਦੇ ਬਚਨ ਪਾਲੋ, ਅਤੇ ਭੁੱਲੇ ਚੁੱਕੇ ਸਾਡੀ ਵੀ ਬੇਨਤੀ ਮੰਨ ਲਿਆ ਕਰੋ, ਉਹਨਾਂ ਦਾ ਤਾਂ ਬਚਨ ਪਾਲਣਾ ਹੀ ਪਾਲਣਾ ਹੈ, ਜਿਹੜੀ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ,
ਸਾਨੂੰ ਵੀ ਉਹਨਾਂ ਦਾ ਹੀ ਹੁਕਮ ਹੈ, ਮਰਜ਼ੀ ਨਹੀਂ ਅਸੀਂ ਕਰਦੇ। ਤੈਨੂੰ ਪਾਲ ਲਿਆ ਕਰੋ, ਸਾਡਾ ਕੋਈ ਜ਼ੋਰ ਨਹੀਂ ਲੱਗਦਾ, ਕੋਈ ਫਰਕ ਨਹੀਂ ਪੈਣਾ। ਰਹਿਣ ਸਮਾਈਆਂ ਦੋ ਚਾਰ ਬਹਿ ਜਾ ਕਰੋ, ਕੀ ਫਰਕ ਪੈਂਦਾ। ਦੋ ਦਿਨ ਦੇ ਤਾਂ ਹੁੰਦੀਆਂ, ਭੱਜੇ ਆਉਣਾ ਇਕੱਲਾ ਸੁਖਮਣੀ ਵਿੱਚ ਹੀ, ਭੋਗ ਪੈਣਾ ਅਤੇ ਭੱਜੇ ਜਾਣਾ ਸਿੱਧੇ ਘਰਾਂ ਨੂੰ। ਕੋਈ ਸੰਗਤ ਕਰ ਲਿਆ ਕਰੋ, ਜਿਹਦੇ ਵੀ ਰਹਿਣ ਸਵਾਈ ਰੱਖੀਏ, 12-1 ਵਜੇ ਆ ਜਾ ਕਰੋ ਇਸ਼ਨਾਨ ਕਰਕੇ, ਨਹੀਂ ਤਾਂ ਸਾਰੀ ਰਾਤ ਬੈਠਿਆ ਕਰੋ ਅਤੇ ਸਾਰੇ ਹੀ ਸੁਖਮਣੀ ਆ ਰਹੇ। ਅੱਧੇ ਕੁ ਤਾਂ ਠੀਕ ਹੋ ਗਏ ਆ, ਅੱਧੇ ਕੁ ਵਜੇ ਉਵੇਂ ਹੀ ਚੱਲਦੇ ਆ। ਸਾਰੀ ਤੁਰੋ ਅਤੇ ਤੋਰ ਕੇ ਅਸੀਂ ਛੱਡਣਾ ਹੈ। ਬਾਬਿਆਂ ਨੇ ਉਹ ਖੂੰਡਾ ਫੜਾਇਆ ਹੈ, ਅਸੀਂ ਮਾਰਨਾ ਤਾਂ ਹੈ ਨਹੀਂ, ਪਰ ਮਾਰਨਾ ਵੀ ਜ਼ਰੂਰ ਹੈ, ਪਰ ਕਿਸੇ ਹੋਰ ਤਰ੍ਹਾਂ ਮਾਰਾਂਗੇ। ਮੱਜੇਗਾ ਜ਼ਰੂਰ, ਉਹਨਾਂ ਦਾ ਦਿੱਤਾ ਚੱਲਣਾ ਤਾਂ ਜ਼ਰੂਰ ਹੈ। ਬਾਬੇ ਨੇ ਤਾਂ ਖੂੰਡਾ ਦਿੱਤਾ ਸੀ ਨਾ, ਬਾਬਾ ਕੁੰਦਨ ਸਿੰਘ ਜੀ ਨੇ ਮੇਰੇ ਕੋਲ ਫੜ ਲਿਆ, ਆਪਦੇ ਕੋਲ ਰੱਖ ਲਿਆ। ਮੈਂ ਕਿਹਾ ਜੀ ਉਹਨਾਂ ਨੇ ਦਿੱਤਾ ਵੀ ਇਹਨੂੰ ਚਲਾਉਣਾ ਹੈ, ਉਹਨਾਂ ਨੇ ਰੱਖ ਲਿਆ। ਕੋਈ ਖੁੰਡਾ ਅਸੀਂ ਚਲਾਵਾਂਗੇ, ਤੂੰ ਕੰਮ ਕਰਾਈ ਜਾ। ਹੁਣ ਉਹ ਹੀ ਚਲਾਉਂਦੇ ਆ ਆਪ ਹੀ, ਅਤੇ ਨੇਮ ਕਰੋ, ਮਰਯਾਦਾ ਕਰੋ, ਸੁਖਮਣੀ ਜੀ ਸੇਵਾ, ਰਹਿਣ ਸਵਾਈਆਂ ਸਾਰੇ ਬਾਬਾ ਜੀ ਦੇ, ਲੱਡੂ ਪੇੜੇ ਵੰਡੋ, ਮਠਿਆਈਆਂ ਲੰਗਰ ਪ੍ਰਸ਼ਾਦ ਛਕਾਓ, ਸੰਗਤਾਂ ਦੇ ਜੋੜੇ ਚਾੜੋ, ਪੰਡਾ ਬਣ ਲਓ। ਹਰਜਸ ਗਾਇਓ ਸੰਤ ਜਣਾ ਮਿਲ, ਹਰਜਸ ਗਾਇਓ ਸੰਤ ਜਣਾ ਮਿਲ, ਗਾਇਓ ਸੰਤ ਜਣਾ ਮਿਲ, ਹਰਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ, ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਕਰ ਕਰ ਕਿਰਪਾ, ਕਰ ਕਿਰਪਾ ਕਰ ਨਾਮ ਦਿਵਾਇਓ, ਕਰ ਕਿਰਪਾ ਨਾਮ ਦਿਵਾਇਓ, ਸੁਖ ਮਰ ਨਾਮ ਵਡਾਈ, ਸੁਖ ਮਰ ਨਾਮ ਵਡਾਈ, ਹੋਰ ਪ੍ਰਸਾਦ ਨਾਨਕ ਮਤ ਪਾਈ ਮਿਲ, ਹਰ ਜਸ ਗਾਇਓ ਸੰਤ ਜਣਾ ਮਿਲ, ਹਰ ਜਸ ਗਾਇਓ ਸੰਤ ਜਣਾ ਮਿਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸਰਾ ਦੁਇਦਾਈ ਦਾਇਆ ਖੇਲਾ ਸੁਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੀ ਧਰਮ ਹਦੂਰ ਕਰਮੀ ਆਪੋ ਆਪਣੀ, ਕਿ ਨੇੜੇ ਕੇ ਤੂੰ ਵਾਹਿਗੁਰੂ ਜਿਨੀ ਨਾਮ ਨਾਨਕ ਓਅੰਕਾਰ ਸਤਿਗੁਰ ਪ੍ਰਸਾਦ ਸੋਰਠ ਮਹੱਲਾ ਪੰਜਵਾ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ,
ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ